ਨਾਲ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਖਦੇਵ ਸਿੰਘ ਆ ਜੀ, ਪਿੰਡ ਚੱਠਾ ਨਹਿੜਾ ਅਤੇ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਜੀ। ਅਸੀਂ 10-12 ਕਿੱਲਿਆਂ ਦੀ ਖੇਤੀ ਕਰਦੇ ਹਾਂ ਜੀ, ਦੋ ਭਾਈ, ਉਹਦੇ ਵਿੱਚੋਂ 2-2.5 ਕਿੱਲਿਆਂ ਦੀ ਸਬਜ਼ੀ ਦੀ ਖੇਤੀ ਕਰਦੇ ਹਾਂ ਜੀ। ਝੋਨੇ ਦੀ ਜਗ੍ਹਾ 'ਤੇ ਵੀ 2.5 ਕਿੱਲੇ ਸਬਜ਼ੀ ਲਾਉਂਦੇ ਜੀ, 2 ਸਾਲ ਹੋ ਗਏ, ਦੂਜਾ ਸਾਲ ਚੱਲ ਰਿਹਾ। ਅਤੇ ਗਰਮੀਆਂ ਵੇਲੇ ਤਾਂ ਲਾਉਂਦੇ ਹਾਂ ਤੋਰੀ ਅਤੇ ਕਰੇਲਾ, ਕੱਦੂ, ਪਾਲਕ ਵਗੈਰਾ, ਖੀਰਾ ਮਿਕਸ ਕਰਕੇ ਕਈ ਸਬਜ਼ੀਆਂ ਜੀ। ਬਾਕੀ ਸਿਆਲਾਂ 'ਚ ਜੀ ਢਾਕੇ ਲਾਇਆ, ਮਿਲ ਕਾਗਜ਼ ਥੱਲੇ ਮਿਲਚਿੰਗ ਪਾਈ ਆ, ਡ੍ਰਿਪ ਲੱਗੀ ਹੋਈ ਆ ਆਪਣੇ ਤੋਕਾ ਸਿਸਟਮ, ਅਤੇ ਮਿਲਚਿੰਗ ਪਾਈ ਆ, ਲਿਫਾਫਾ ਪਾ ਕੇ ਢਾਕੇ ਤਿਆਰ ਕਰੀ ਆ। ਅਤੇ ਤਰਬੂਜ ਦਾ 1/2 ਕਿੱਲਾ ਜੀ, 1/2 ਕਿੱਲਾ ਤੋਰੀ, 1/2 ਕਿੱਲਾ ਕੌੜੀ ਮਿਰਚਾਂ, ਉਹਦੇ ਵਿੱਚ ਖੀਰਾ, 2 ਫਸਲਾਂ ਇਕੱਠੀਆਂ ਨੇ ਜੀ। ਅਤੇ ਚੱਪਣ ਕੱਦੂ 1/2 ਕਿੱਲਾ ਜੀ, 1/2 ਕਿੱਲਾ ਸ਼ਿਮਲਾ ਮਿਰਚਾਂ, 1 ਬਿੱਘਾ ਗੋਭੀ ਹੈ ਜੀ। ਅਤੇ ਵਧੀਆ ਮੁਨਾਫਾ ਮਿਲ ਰਿਹਾ ਜੀ। ਬਾਕੀ ਡਾਕਟਰ ਬੂਟਾ ਸਿੰਘ ਰਮਾਣਾ ਜੀ, ਇਹ ਮਹਿਕਮੇ ਵੱਲੋਂ ਵਧੀਆ ਸਾਥ ਮਿਲ ਰਿਹਾ, ਅਤੇ ਜਦੋਂ ਲੋੜ ਹੁੰਦੀ ਆ ਫੋਨ ਕਰਕੇ ਸੱਦ ਲਈਦਾ, ਅਤੇ ਵਧੀਆ ਰਾਇਵਾੜੀ ਦੇ ਕੇ ਜਾਂਦੇ ਨੇ ਜੀ ਸਾਨੂੰ। ਇਹਨਾਂ ਦੇ ਸਹਿਯੋਗ ਨਾਲ ਬਹੁਤ ਵਧੀਆ ਖੇਤੀ ਹੁੰਦੀ ਆ, ਵਧੀਆ ਮੁਨਾਫਾ ਹੋ ਰਿਹਾ ਜੀ। ਸਾਲ ਦਾ ਜੀ 1 ਕਿੱਲੇ ਦਾ ਜੇ ਕੱਢੀਏ ਆਪਾਂ ਖਰਚੇ ਕੱਢ ਕੇ, 2.5 ਤੋਂ 3 ਲੱਖ ਰੁਪਈਏ ਕਿੱਲਾ ਸੜਦਾ ਜੀ, ਸਾਰੇ ਖਰਚੇ ਕੱਢ ਕੇ।